ਉਹੜੀ ਥਾਪੀ ਉਹ ਸਿੱਧੂ ਮੂਸੇ ਵਾਲੇ ਦੀ ਥਾਪੀ ਏ ਜਿਹੜੀ ਮੇਰੀ ਮਸ਼ਹੂਰ ਹੋਈ ਏ ਐ ਉਹ ਸਿੱਧੂ ਮੂਸੇ ਵਾਲੇ ਦੀ ਥਾਪੀ ਏ ਉਹ ਅੱਜ ਵੀ ਮਾਰ ਦਿੰਦੇ ਆ ਅੱਜ ਵੀ ਇਹਨਾਂ ਨੇ ਜਿੱਦਣ ਵੀਰ ਸਾਡਾ ਮਰਿਆ ਸੀ ਇਸ ਦੁਨੀਆਂ ਤੋਂ ਗਿਆ ਚਲਾ ਸੀ ਉਦਣ ਵੀ ਇਹਨਾਂ ਰੋਟੀਆਂ ਸੇਕੀਆਂ ਸੀ ਉਦਣ ਇਹ ਰਾਜਾ ਵੜਿੰਗ ਉੱਤੇ ਝੰਡਾ ਪਾਉਣ ਦੀ ਕੋਸ਼ਿਸ਼ ਕਰਨ ਲੱਗਾ ਸੀ ਇਹਨਾਂ ਬੜਾ ਗੰਦ ਘੋਲਿਆ ਉੱਥੇ ਬੜੀ ਕੜੀ ਘੋਲੀ ਇਹਨਾਂ ਨੇ ਇਹ ਜਿਹੜੇ ਕਾਂਗਰਸੀਏ ਰੋਟੀਆਂ ਸੇਕਦੇ ਪਏ ਬਸ ਇਹਨਾਂ ਤੋਂ ਬਚੋ ਇਹ ਇਹ ਮਲੰਗ ਮਲੰਗਾਂ ਤੋਂ ਬਚੋ ਇਹਨਾਂ ਨੂੰ ਨਹੀਂ ਆਪਾਂ ਬਛਕਣਾ ਇਹ ਮਲੰਗਾਂ ਨੂੰ ਹਾਂ ਬਲਕੌਰ ਸਿੰਘ ਮਾਤਾ ਜੀ ਤੂੰ ਸਾਡੀ ਮਾਂ ਏ ਇਹ ਰਾਜਾ ਵੜਿੰਗ ਜਿਹੜਾ ਇਹ ਰੋਟੀਆਂ ਸੇਕਦਾ ਪਿਆ ਤੇਰੇ ਪੁੱਤਰ ਆਪਣੇ ਸਿੱਧੂ ਮੂਸੇ ਵਾਲੇ ਦਾ ਤੁਹਾਡੇ ਬੱਚੇ ਦੇ ਮਤਲਬ ਸਿਵਿਆਂ 'ਤੇ ਬਸ ਇਹਦੇ ਤੋਂ ਬਚੋ ਕੱਲ੍ਹ ਭਗਵੰਤ ਮਾਨ ਨੇ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਨੰਗਿਆ ਕੀਤਾ ਸੀ ਉੱਥੇ ਟਾਰਾਂ ਮਾਰਦੇ ਸੀ ਟਾਰਾਂ ਅੜਿੰਗਦੇ ਸੀ ਉੱਥੇ ਇਹਨਾਂ ਨੂੰ ਕੋਈ ਜਵਾਬ ਨਹੀਂ ਆਇਆ ਉਹਨੇ ਐ ਡਾਂਗ ਪੋਰੀ ਇਹਨਾਂ ਦੇ ਉਹਨੇ ਫੇਰਾਂ ਦੇ ਵਧੀਆ ਯਾਰ ਭਗਵੰਤ ਮਾਨ ਨੇ ਇਹਨਾਂ ਨੂੰ ਕਾਲ ਆ ਤੇ ਮਰੂਦਾਂ ਦੀ ਰੇਹੜੀ ਤਰ੍ਹਾਂ ਬਸ ਇਹਨਾਂ ਦਾ ਬਸ ਰੋਟੀਆਂ ਸੇਕਣ ਦਾ ਕੰਮ ਰਹਿ ਗਿਆ ਇਹਨਾਂ ਤੰਦੂਰ ਨਾਲ ਹੀ ਰੱਖਿਆ ਆ ਸਿਆਸਤ ਵਾਲਾ ਤੰਦੂਰ ਸਿਆਸਤ ਵਾਲਾ ਤੰਦੂਰ ਇਹ ਨਾ ਸਿੱਧੂ ਮੂਸੇ ਵਾਲੇ ਦੇ ਡੈਡੀ ਨੂੰ ਇਹਨਾਂ ਸਿਆਸਤ ਵਾਲਾ ਤੰਦੂਰ ਸਮਝਿਆ ਉਹਦੇ ਪੁੱਤਰ ਦਾ ਇਹਨਾਂ ਨੂੰ ਕੋਈ ਦੁੱਖ ਨਹੀਂ ਕਿਸੇ ਦਾ ਮਰ ਗਿਆ ਇਹਨਾਂ ਨੂੰ ਦੁੱਖ ਕਾਹਦਾ ਹੈ ਇਹਨਾਂ ਨੇ ਇਕੱਲੀਆਂ ਰੋਟੀਆਂ ਸੇਕਣੀਆਂ ਤੇ ਪਕਾਉਣੀਆਂ ਤੇ ਖਾਣੀਆਂ ਤੇ ਬਾਪੂ ਇਹ ਰੋਟੀਆਂ ਸੇਕਦੇ ਨੇ ਇਹਨਾਂ ਨੇ ਜਿੱਦਣ ਵੀਰ ਸਾਡਾ ਮਰਿਆ ਸੀ ਇਸ ਦੁਨੀਆਂ ਤੋਂ ਗਿਆ ਚਲਾ ਸੀ ਉਦਣ ਵੀ ਇਹਨਾਂ ਰੋਟੀਆਂ ਸੇਕੀਆਂ ਸੀ ਉਦਣ ਇਹ ਰਾਜਾ ਵੜਿੰਗ ਉੱਤੇ ਝੰਡਾ ਪਾਉਣ ਦੀ ਕੋਸ਼ਿਸ਼ ਕਰਨ ਲੱਗਾ ਸੀ ਇਹਨਾਂ ਬੜਾ ਗੰਦ ਘੋਲਿਆ ਉੱਥੇ ਬੜੀ ਕੜੀ ਘੋਲੀ ਇਹਨਾਂ ਨੇ ਮੌਤ ਦੇ ਉੱਤੇ ਉੱਥੇ ਰਾਜਨੀਤੀ ਕੀਤੀ ਬੜੀ ਮੌਤ ਦੇ ਉੱਤੇ ਸਿੱਧੂ ਸਾਡੇ ਵੀਰ ਦੇ ਹੁਣ ਇਹ ਸਿੱਧੂ ਨੂੰ ਨਸਾਬ ਦਵਾਉਣ ਦੀ ਰਾਜਨੀਤੀ ਕਰਦੇ ਪਏ ਆ ਕਿਉਂ ਕਿ ਭਗਵੰਤ ਕੱਲ ਭਗਵੰਤ ਮਾਨ ਨੇ ਇਹਨਾਂ ਨੂੰ ਅੱਗੇ ਲਾ ਕੇ ਭਜਾਇਆ ਏ ਇਹਨਾਂ ਨੂੰ ਚਣੇ ਚਬਾਏ ਨੇ ਕੱਲ ਭਗਵੰਤ ਮਾਨ ਨੇ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਨੰਗਿਆ ਕੀਤਾ ਕੱਲ ਇਹਨਾਂ ਨੂੰ ਨੰਗਿਆ ਕੀਤਾ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਚ ਅੱਜ ਸਿੱਧੂ ਮੂਸੇ ਵਾਲੇ ਦੇ ਡੈਡੀ ਨੂੰ ਨਿਸ਼ਾਨਾ ਬਣਾ ਕੇ ਨਾਲ ਲੈ ਗਏ ਨੇ ਉਹੜੀ ਥਾਪੀ ਉਹ ਸਿੱਧੂ ਮੂਸੇ ਵਾਲੇ ਦੀ ਥਾਪੀ ਏ ਜਿਹੜੀ ਮੇਰੀ ਮਸ਼ਹੂਰ ਹੋਈ ਏ ਐ ਉਹ ਸਿੱਧੂ ਮੂਸੇ ਵਾਲੇ ਦੀ ਥਾਪੀ ਏ ਉਹ ਅੱਜ ਵੀ ਮਾਰ ਦਿੰਦੇ ਆ ਅੱਜ ਵੀ ਤੇ ਮੈਂ ਕਾਂਗਰਸ ਵਾਲਿਆਂ ਨੂੰ ਬੇਨਤੀ ਕਰਨਾ ਕਿ ਕਿਸੇ ਦੀ ਮੌਤ ਤੇ ਰੋਟੀਆਂ ਨਹੀਂ ਸੇਕੀ ਦੀਆਂ ਸ਼ਰਮ ਆਉਣੀ ਚਾਹੀਦੀ ਏ ਤੁਹਾਨੂੰ ਮਸੰਦਾਂ ਨੂੰ ਕਿਸੇ ਦੀ ਮੌਤ ਤੇ ਰੋਟੀਆਂ ਸੇਕਦੇ ਜੇ ਕਿੱਡੀ ਸ਼ਰਮ ਵਾਲੀ ਗੱਲ ਏ ਬੁੱਢੇ ਬਾਰੇ ਬਜ਼ੁਰਗਾਂ ਨੂੰ ਅਸੀਂ ਕਹਿੰਦੇ ਹਾਂ ਸਰਕਾਰ ਨੂੰ ਬੇਨਤੀ ਕਰਨੇ ਕਿ ਸਿੱਧੂ ਨੂੰ ਨਸਾਬ ਦਿਓ ਬੁੱਢਾ ਮਾਂ ਪਿਓ ਸੜਕਾਂ ਤੇ ਰੁਲਦਾ ਫਿਰਦਾ ਹੈ ਇਹ ਜਿਹੜੇ ਕਾਂਗਰਸੀਏ ਰੋਟੀਆਂ ਸੇਕਦੇ ਪਏ ਬਸ ਇਹਨਾਂ ਤੋਂ ਬਚੋ ਇਹ ਇਹ ਮਲੰਗ ਮਲੰਗਾਂ ਤੋਂ ਬਚੋ ਇਹਨਾਂ ਨੂੰ ਨਹੀਂ ਆਪਾਂ ਬਛਕਣਾ ਇਹ ਮਲੰਗਾਂ ਨੂੰ ਹਾਂ ਤੇ ਬਸ ਇੰਨੀ ਬੇਨਤੀ ਏ ਬਲਕੌਰ ਸਿੰਘ ਮਾਤਾ ਜੀ ਤੂੰ ਸਾਡੀ ਮਾਂ ਏ ਇਹ ਰਾਜਾ ਵੜਿੰਗ ਜਿਹੜਾ ਇਹ ਰੋਟੀਆਂ ਸੇਕਦਾ ਪਿਆ ਤੇਰੇ ਪੁੱਤਰ ਆਪਣੇ ਸਿੱਧੂ ਮੂਸੇ ਵਾਲੇ ਦਾ ਤੁਹਾਡੇ ਬੱਚੇ ਦੇ ਮਤਲਬ ਸਿਵਿਆਂ 'ਤੇ ਵੀ ਇਹਨੇ ਰੋਟੀ ਸੇਕਣ ਦੀ ਕੋਸ਼ਿਸ਼ ਕੀਤੀ ਹੁਣ ਵੀ ਇਹ ਸੇਕਦਾ ਪਿਆ ਬਸ ਇਹਦੇ ਤੋਂ ਬਚੋ ਕੱਲ੍ਹ ਭਗਵੰਤ ਮਾਨ ਨੇ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਨੰਗਿਆ ਕੀਤਾ ਸੀ ਉੱਥੇ ਟਾਰਾਂ ਮਾਰਦੇ ਸੀ ਟਾਰਾਂ ਅੜਿੰਗਦੇ ਸੀ ਉੱਥੇ ਇਹਨਾਂ ਨੂੰ ਕੋਈ ਜਵਾਬ ਨਹੀਂ ਆਇਆ ਉਹਨੇ ਐ ਡਾਂਗ ਉਹਨੇ ਫੇਰਾਂ ਦੇ ਵਧੀਆ ਯਾਰ ਭਗਵੰਤ ਮਾਨ ਨੇ ਇਹਨਾਂ ਨੂੰ ਆ ਤੇ ਮਰੂਦਾਂ ਦੀ ਰੇਹੜੀ ਤਰ੍ਹਾਂ ਬਸ ਇਹਨਾਂ ਦਾ ਬਸ ਰੋਟੀਆਂ ਸੇਕਣ ਦਾ ਕੰਮ ਰਹਿ ਗਿਆ ਇਹਨਾਂ ਤੰਦੂਰ ਨਾਲ ਹੀ ਰੱਖਿਆ ਆ ਸਿਆਸਤ ਵਾਲਾ ਤੰਦੂਰ ਸਿਆਸਤ ਵਾਲਾ ਤੰਦੂਰ ਇਹ ਨਾ ਸਿੱਧੂ ਮੂਸੇ ਵਾਲੇ ਦੇ ਡੈਡੀ ਨੂੰ ਇਹਨਾਂ ਸਿਆਸਤ ਵਾਲਾ ਤੰਦੂਰ ਸਮਝਿਆ ਉਹਦੇ ਪੁੱਤਰ ਦਾ ਇਹਨਾਂ ਨੂੰ ਕੋਈ ਦੁੱਖ ਨਹੀਂ ਕਿਸੇ ਦਾ ਮਰ ਗਿਆ ਇਹਨਾਂ ਨੂੰ ਦੁੱਖ ਕਾਹਦਾ ਹੈ ਇਹਨਾਂ ਨੇ ਇਕੱਲੀਆਂ ਰੋਟੀਆਂ ਸੇਕਣੀਆਂ ਤੇ ਪਕਾਉਣੀਆਂ ਤੇ ਖਾਣੀਆਂ ਸਿਆਣੇ ਸਿਆਣੇ ਕਾਂਗਰਸੀਏ ਵੇਖੋ ਰੋਟੀਆਂ ਪਕਾਉਂਦੇ ਪਏ ਕਿਸੇ ਦੇ ਪੁੱਤਰ ਦੀ
ਮਰੀ ਹੋਈ ਲੋਥ ਤੇ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਹੁਣ ਇਹਨਾਂ ਨੂੰ ਕੱਲ ਉਹਨੇ ਲਾਹਨਤਾਂ ਪਾਈਆਂ ਭਗਵੰਤ ਮਾਨ ਨੇ ਤੇ ਆਉਣੇ ਤੁਰ ਪਏ ਨੇ ਕਿੱਡੀ ਕੁ ਵਿਧਾਨ ਸਭਾ ਦੇ ਅੱਗੇ ਲਾ ਕੇ ਧਰਨਾ ਤੁਸੀਂ ਕੀ ਜਦੋਂ ਉਹਦੇ ਕੰਮ ਕਰਦੀ ਪਈ ਸਰਕਾਰ ਤੇ ਕੰਮ ਸਾਰੇ ਕਰਦੀ ਪਈ ਕੋਈ ਮਾੜਾ ਨੇ ਕੀਤਾ ਜਿੱਥੇ ਮਾੜਾ ਕਰੇਗੀ ਅਸੀਂ ਮਾੜਾ ਵੀ ਕਵਾਂਗੇ ਬਸ ਫਤਿਹ ਬੁਲਾਉਣ ਲੱਗੇ ਵੇ ਖਾਲਸਾ।